ਕਰਦਾ ਵੈਦ ਵਿੱਚ ਤੁਹਾਡਾ ਸਵਾਗਤ ਹੈ। ਇਸ ਵਿੱਚ ਦੱਸੇ ਜਾਣ ਵਾਲੇ ਨੁਸਖੇ ਵੈਦਾਂ ਦੀ ਸਲਾਹ ਅਤੇ ਆਯੁਰਵੈਦਿਕ ਕਿਤਾਬਾਂ ਵਿੱਚੋਂ ਲਏ ਜਾਂਦੇ ਹਨ। ਰੋਜ਼ਾਨਾ ਵੀਡੀਓ ਵੇਖਣ ਲਈ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ। ਦੁਨੀਆ ਤੇ ਅੱਜ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਮੋਟਾਪਾ ਕਿਵੇਂ ਘਟਾਈਏ। ਇਸ ਨੂੰ ਘਟਾਉਣ ਲਈ ਹਜ਼ਾਰਾਂ ਰੁਪਈਆਂ ਦੇ ਬਾਜ਼ਾਰੂ ਵਸਤੂਆਂ ਖਰੀਦੀਆਂ ਜਾਂਦੀਆਂ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਡਰਿੰਕਸ ਪੀਤੇ ਜਾਂਦੇ ਹਨ, ਪਰ ਉਹ ਜਿੱਥੇ ਭਾਰ ਨੂੰ ਘਟਾਉਂਦੇ ਹਨ ਉੱਥੇ ਸਰੀਰ ਨੂੰ ਨੁਕਸਾਨ ਵੀ ਪਹੁੰਚਾਉਂਦੇ ਹਨ। ਆਯੁਰਵੈਦ ਤੁਹਾਡੇ ਲਈ ਇੱਕ ਐਸਾ ਡਰਿੰਕ ਲੈ ਕੇ ਆਇਆ ਹੈ ਜਿਸ ਨੂੰ ਤੁਸੀਂ ਘਰ ਵਿੱਚ ਹੀ ਆਸਾਨੀ ਨਾਲ ਬਣਾ ਸਕਦੇ ਹੋ। ਨਿੰਬੂ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਪਾਚਨ ਸ਼ਕਤੀ ਨੂੰ ਇਹ ਸਭ ਤੋਂ ਬਿਹਤਰ ਤਰੀਕੇ ਨਾਲ ਪ੍ਰਭਾਵਿਤ ਕਰਦਾ ਹੈ। ਇੱਕ ਗਿਲਾਸ ਨਾਰੀਅਲ ਪਾਣੀ ਵਿੱਚ ਇੱਕ ਨਿੰਬੂ ਨਿਚੋੜ ਕੇ ਰੋਟੀ ਖਾਣ ਤੋਂ ਇੱਕ ਘੰਟਾ ਪਹਿਲਾਂ ਜਾਂ ਇੱਕ ਘੰਟਾ ਬਾਅਦ ਦਿਨ ਵਿੱਚ ਸਿਰਫ ਇੱਕ ਵਾਰੀ ਪੀਣ ਤੇ ਵਜਨ ਨੂੰ ਦਿਨਾਂ ਵਿੱਚ ਹੀ ਘਟਾਇਆ ਜਾ ਸਕਦਾ ਹੈ। ਇਸ ਨੂੰ ਪੀਣ ਨਾਲ ਭਾਰ ਘਟਦਾ ਹੈ, ਕਿਡਨੀ ਵਿੱਚ ਪੱਥਰੀ ਨਹੀਂ ਬਣਦੀ, ਚਿਹਰੇ ਤੇ ਨਿਖਾਰ ਆਉਂਦਾ ਹੈ। ਨਿੰਬੂ ਵਿੱਚ ਸਾਈਟ੍ਰਿਕ ਐਸਿਡ ਜ਼ਿਆਦਾ ਹੋਣ ਕਰਕੇ ਇਹ ਕਿਸੇ ਨੂੰ ਗੈਸ ਦੀ ਪ੍ਰੋਬਲਮ ਵੀ ਪੈਦਾ ਕਰ ਦਿੰਦਾ ਹੈ। ਬਹੁਤੇ ਲੋਕ ਨਿੰਬੂ ਪਾਣੀ ਵਿੱਚ ਸ਼ਹਿਦ ਪਾ ਕੇ ਪੀਂਦੇ ਹਨ, ਜਿੱਥੇ ਅੱਜ ਕੱਲ ਸ਼ਹਿਦ ਸਹੀ ਨਾ ਆਉਣ ਕਰਕੇ ਭਾਰ ਘਟਾਉਣ ਪ੍ਰਤੀ ਅਸਰ ਨਹੀਂ ਦਿਖਾ ਪਾਉਂਦਾ। ਇਸ ਕਰਕੇ ਨਾਰੀਅਲ ਪਾਣੀ ਵਿੱਚ ਅਲਾਨਾਇਨ ਨਾਮਕ ਅਮੀਨੋ ਐਸਿਡ ਹੁੰਦਾ ਹੈ, ਜਿਹੜਾ ਸ਼ੂਗਰ ਨੂੰ ਐਨਰਜੀ ਦੇ ਰੂਪ ਵਿੱਚ ਬਦਲ ਦਿੰਦਾ ਹੈ। ਇਹ ਪਾਣੀ ਲੀਵਰ ਦੇ ਟੌਕਿਨਸ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਹ ਭਾਰ ਨੂੰ ਜਿੱਥੇ ਘਟਾਉਂਦਾ ਹੈ ਉੱਥੇ ਸਰੀਰ ਦੀ ਐਨਰਜੀ ਨੂੰ ਵੀ ਬਰਕਰਾਰ ਰੱਖਦਾ ਹੈ। ਇਸੇ ਕਰਕੇ ਬਾਜ਼ਾਰੂ ਵਸਤੂਆਂ ਨੂੰ ਕਰੋ ਅਲਵਿਦਾ ਅਤੇ ਭਾਰ ਘਟਾਓ ਦਿਨਾਂ ਵਿੱਚ ਨਾਰੀਅਲ ਪਾਣੀ ਵਿੱਚ ਨਿੰਬੂ ਪਾ ਕੇ। ਆਪਣੇ ਸੁਝਾਅ ਦੇਣ ਲਈ ਵੀਡੀਓ ਥੱਲੇ ਕਮੈਂਟ ਜ਼ਰੂਰ ਕਰੋ। ਵੀਡੀਓ ਵੇਖਣ ਦੇ ਲਈ ਧੰਨਵਾਦ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।